ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਉ ਜਾਂਦੇ ਆ ਪਿੰਡ ਰਾਏਪੁਰ ਦਾ ਇਹ ਨਾਮ ਕਿਵੇਂ ਪਿਆ ਤਹਿਸੀਲ ਪਟਿਆਲਾ ਦਾ ਪਿੰਡ ਰਾਏਪੁਰ ਪਟਿਆਲਾ ਿਕਨੌਰ ਸ਼ੜਕ ਤੇ ਬਹਾਦਰਗੜ੍ਹ ਤੋਂ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਹ ਪਿੰਡ ਗੜੀ ਵਾਲੇ ਸਰਦਾਰ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ ਜਿਸ ਨੂੰ ਰਾਏ ਸਾਹਿਬ ਦਾ ਖਿਤਾਬ ਮਿਲਿਆ ਸੀ ਤੇ ਇਸ ਨਾਂ ਹੇਠ ਉਸਨੇ ਪਿੰਡ ਦਾ ਨਾਂ ਰਾਏਪੁਰ ਰੱਖਿਆ ਇਸ ਪਿੰਡ ਵਿੱਚ ਇੱਕ ਬਹੁਤ ਪੁਰਾਣਾ ਬਾਬਾ ਗੋਬਿੰਦ ਦਾ ਮੰਦਿਰ ਹੈ ਕਿਹਾ ਜਾਂਦਾ ਹੈ ਕਿ ਬਾਬਾ ਦੇਨ ਤੱਪ ਕਰਕੇ ਪਿੰਡ ਨੂੰ ਜੰਗਲੀ ਜਾਨਵਰਾਂ ਤੋਂ ਬਚਾਇਆ ਹੋਇਆ ਸੀ ਅੱਜ ਵੀ ਡੰਗਰਾਂ ਦੀ ਸਲਾਮਤੀ ਲਈ ਹਰ ਇਕਾਂਤਸ਼ੀ ਨੂੰ ਬਾਬੇ ਦਾ ਦਿਨ ਮਨਾਇਆ ਜਾਂਦਾ ਹੈ ਪਿੰਡ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਮੰਜੀ ਸਾਹਿਬ ਹੈ ਕਿਹਾ ਜਾਂਦਾ ਹੈ ਕਿ ਗੁਰੂ ਜੀ ਸ਼ਹੀਦੀ ਲਈ ਦਿੱਲੀ ਜਾਣ ਸਮੇਂ ਬਹਾਦਰਗੜ੍ਹ ਤੋਂ ਚੱਲਣ ਤੋਂ ਬਾਅਦ ਇੱਥੇ ਰੁਕੇ ਸਨ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਦੇ ਬੈਠਣ ਲਈ ਇਸ ਥਾਂ ਤੇ ਮੰਜੀ ਦਿੱਤੀ ਸੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ